ਹਾਂਜੀ ਗਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਜੀ ਐਨਟੀਟੀ ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਸਾਥੀਆਂ ਦੇ ਫੋਨ ਆਉਂਦੇ ਹੁੰਦੇ ਆ ਐਨਟੀਟੀ ਦੀ ਜਿਹੜੀ 8393 ਭਰਤੀ ਆਈ ਸੀ ਪਿਛਲੇ ਸਾਲਾਂ ਦੇ ਵਿੱਚ ਵੀ ਉਹ ਕੰਪਲੀਟ ਹੋਊਗੀ ਜਾਂ ਨਹੀਂ ਉਹਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਹੁੰਦੇ ਆ ਸੋ ਆਪਾਂ ਇਹਦੇ ਬਾਰੇ ਦੇ ਵਿੱਚ ਜਿਹੋ ਜਿੰਨੀ ਕਾਪਾ ਨੂੰ ਜਾਣਕਾਰੀ ਆ ਆਪਾਂ ਪਰਚੋਲ ਕਰ ਸਕਦੇ ਆ ਵੀ ਇਹ ਭਰਤੀ ਆਊਗੀ ਜਾਂ ਨਹੀਂ ਉਹ ਉੱਥੇ ਵਿਚਾਰ ਚਰਚਾ ਇਹ ਕਰਦੇ ਆ ਵੀ ਦੇਖੋ ਸੈਂਟਰ ਗਵਰਨਮੈਂਟ ਨੇ ਜਿਹੜੀ ਨਵੀਂ 2020 এড્યુকেশন ਪਾਲਿਸੀ ਜਿਹੜੀ ਉਹ ਲਾਗੂ ਕਰੀ ਐ ਉਹਦੇ ਵਿੱਚ ਇਹ ਬਕਾਇਦਾ ਇਨਕਲੂਡ ਕੀਤਾ ਗਿਆ ਵੀ ਸਾਰੀਆਂ ਸਟੇਟਾਂ ਦੇ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਦੀਆਂ ਕਲਾਸਾਂ ਐਲ ਕੇ ਜੀ ਯੂ ਕੇ ਜੀ ਸ਼ੁਰੂ ਕੀਤੀਆਂ ਜਾਣ ਜੇਕਰ ਉਹ ਕਲਾਸਾਂ ਸ਼ੁਰੂ ਹੋਣਗੀਆਂ ਤਾਂ ਅਧਿਆਪਕਾਂ ਦੇ ਵੀ ਲੋਡ ਪਾਉਗੀ ਸੋ ਇਹ ਪਾਲਿਸੀ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਜੀ ਤੇ ਹੁਣ ਪੰਜਾਬ ਦੀ ਜਿਹੜੀ ਪੰਗੋਲਕ ਸਥਿਤੀ ਆ ਉਹ ਵੀ ਜੀਬੋ ਗਰੀਬ ਹੈ ਤੇ ਇਥੋਂ ਦਾ ਜਿਹੜਾ ਸਿੱਖਿਆ ਵਿਦਿਅਕ ਢਾਂਚਾ ਜਿਹੜਾ ਉਹ ਵੀ ਜੀਬੋ ਗਰੀਬ ਆ ਉਹ ਕਿਵੇਂ ਅਜੀਬੋ ਗਰੀਬ ਹੈ ਵੀ ਇੱਥੇ ਆਲਰੇਡੀ 12-13000 ਕੱਚਾ ਅਧਿਆਪਕ ਕੰਮ ਕਰਦਾ ਜਿਹੜਾ ਕਿ ਇਹਨਾਂ ਕਲਾਸਾਂ ਨੂੰ ਸਾਂਭ ਰਿਆ ਪ੍ਰਾਈਮਰੀ ਦੀਆਂ ਨੂੰ ਸੋ ਪਹਿਲੀ ਗੱਲ ਤਾਂ ਇਹ ਆ ਵੀ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾ ਰਿਹਾ ਜਿਹਦੇ ਵਿੱਚ 650 ਦੇ ਲਗਭਗ ਅਧਿਆਪਕ ਹੁਣ 7000 ਦੇ ਲਗਭਗ ਅਧਿਆਪਕ ਜਿਹੜੇ ਹੋ ਪੱਕੇ ਹੋ ਜਾਣਗੇ ਪਹਿਲੇ ਪੜਾਅ ਦੇ ਵਿੱਚ ਹੁਣ ਜਿਹੜਾ ਦੂਸਰਾ ਪੜਾਅ ਆ ਉਸ ਦੂਸਰੇ ਪੜਾਅ ਤੇ ਨਿਰਪਰ ਕਰੂਗੀ ਐਂਟੀਟੀ ਦੀ ਭਰਤੀ ਸੋ ਮੇਰੀ ਗੱਲ ਨੂੰ ਸਮਝਿਓ ਪਹਿਲੇ ਪੜਾਅ ਦੇ ਵਿੱਚ ਜਿਹੜੇ ਅਧਿਆਪਕ ਪੱਕੇ ਹੋ ਜਾਣਗੇ ਉਹਨਾਂ ਨੂੰ ਮਤਲਬ ਫਿਲਹਾਲ ਇਹ ਨਹੀਂ ਕਿਹਾ ਗਿਆ ਵੀ ਉਹ ਐਂਟੀਟੀ ਨੂੰ ਪੜਾਉਣਗੇ ਜਾਂ ਕਿਹੜੀ ਕਲਾਸ ਨੂੰ ਪੜਾਉਣਗੇ ਉਹ ਪ੍ਰਾਇਮਰੀ ਪੱਧਰ ਤੇ ਜਾਂ ਸਕੈਂਡਰੀ ਜਾਂ ਹਾਈ ਜਾਂ ਮਿਡਲ ਪੱਧਰ ਤੇ ਐਡਜਸਟ ਕੀਤੇ ਜਾਣਗੇ ਰੈਗੂਲਰ ਪੋਸਟ ਦੇ ਉੱਤੇ ਨੇਸ਼ਨ ਬਿਲਡਰ ਦੇ ਤੌਰ ਤੇ ਪੋਸਟ ਦਿੱਤੀ ਜਾਊਗੀ ਸੋ ਜਿਹੜੀਆਂ ਪ੍ਰੀ ਪ੍ਰਾਇਮਰੀਆਂ ਕਲਾਸਾਂ ਨੇ ਜੇਕਰ ਜਿਹੜਾ ਦੂਸਰਾ ਪੜਾਅ ਕੱਚੇ ਅਧਿਆਪਕਾਂ ਦਾ ਹੋਊਗਾ ਜਿਦੇ ਵਿੱਚ ਐਸਟੀਆਰ ਈਜੀਐਸ AI ਵਾਲੇ ਅਧਿਆਪਕ ਰੈਜ਼ਨਗੇ ਮੰਗ ਰਹੇ ਸੋ ਉਹ ਜਦੋਂ ਉਹਨਾਂ ਨੂੰ ਪੱਕਾ ਕਰੂਗੀ ਸਰਕਾਰ ਦੂਸਰੇ ਪੜਾਅ ਦੇ ਵਿੱਚ ਕਹਿ ਰਹੀ ਆ ਵੀ ਪੱਕਾ ਕਰੂਗੀ ਹਜੇ ਪਹਿਲੇ ਵੀ ਨਹੀਂ ਕਰੇ ਵੈਸੇ ਤਾਂ ਜਦੋਂ ਦੂਸਰੇ ਪੜਾਅ ਵਾਲਿਆਂ ਨੂੰ ਪੱਕਾ ਕਰਨਗੇ ਉਦੋਂ ਐਂਟੀਟੀ ਦਾ ਕਲੀਅਰ ਹੋ ਜਾਊਗਾ ਵੀ ਐਂਟੀਟੀ ਦੀ ਭਰਤੀ ਹੋਣੀ ਆ ਜਾਂ ਨਹੀਂ ਜੇ ਤਾਂ ਦੇਖੋ ਉਹਨਾਂ ਅਧਿਆਪਕਾਂ ਨੂੰ ਪੱਕਾ ਕਰਨ ਲਈ ਐਂਟੀਟੀ ਦੀ ਭਰਤੀ ਕੱਢੀ ਤੇ ਸਰਕਾਰ ਨੇ ਉਹਨਾਂ ਨਾਲ ਕਮਿਟਮੈਂਟ ਕਰੀ ਵੀ ਉਹਨਾਂ ਨੂੰ 50% ਦੀ ਭਰਤੀ ਦੇ ਅਕੋਰਡਿੰਗ ਉਹਨਾਂ ਨੂੰ ਵਿੱਚ ਫਿੱਟ ਕੀਤਾ ਜਾਊਗਾ ਤਾ ਦੇਖੋ ਐਂਟੀਟੀ ਦੀ ਭਰਤੀ ਉਸ ਤਰੀਕੇ ਨਾਲ ਆਉਗੀ ਜੇਕਰ ਮਤਲਬ ਉਹਨਾਂ ਨੂੰ ਸਪਸ਼ਟੀ ਸਿੱਧੇ ਰੂਪ ਦੇ ਵਿੱਚ ਪ੍ਰਾਇਮਰੀ ਪੱਧਰ ਤੇ ਭਰਤੀ ਕਰ ਦਿੱਤਾ ਗਿਆ ਤਾਂ ਫਿਰ ਐਂਟੀਟੀ ਦੀ ਭਰਤੀ ਆਉਣੀ ਮੁਸ਼ਕਲ ਲੱਗਦੀ ਆ ਫਿਰ ਲੰਬੇ ਅਗਲੇ ਸਾਲਾਂ ਦੇ ਵਿੱਚ ਕਈ ਸਾਲ ਲੱਗ ਜਾਣਗੇ ਫਿਰ ਮਤਲਬ 5-7 ਸਾਲ ਲੱਗ ਜਾਣਗੇ ਨਵੀਂ ਭਰਤੀ ਆਉਣ ਤੇ ਸੋ ਮੈਂ ਦੁਬਾਰੇ ਤੁਹਾਨੂੰ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਹਿਲੇ ਪੜਾ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਭਰਤੀ ਹੋ ਜਾਣਗੇ ਜਿਹੜੇ ਕਿ ਕਿਸੇ ਸਪੈਸ਼ਲ ਪੋਸਟ ਤੇ ਨਹੀਂ ਲਾਏ ਜਾਣਗੇ ਜਿਹੜੀਆਂ ਆਲਰੇਡੀ ਚੱਲੀ ਜਾਂਦੀਆਂ ਨੇ ਉਹਨਾਂ ਜਿਵੇਂ ਪ੍ਰੀ ਪ੍ਰਾਇਮਰੀ ਦੀ ਕਹਿ ਰਿਹਾ ਮੈਂ ਉਹਨਾਂ ਨੂੰ ਨਹੀਂ ਧੱਬਣਗੇ ਉਹ ਉਹ ਪ੍ਰਾਇਮਰੀ ਪੱਧਰ ਤੇ ਲੱਗਣਗੇ ਜਾਂ ਮਿਡਲ ਪੱਧਰ ਤੇ ਲੱਗਣਗੇ ਜਿਵੇਂ ਆਮ ਈਟੀਟੀ ਕਾਡਰ ਪੜਾਉਂਦਾ ਬੱਚਿਆਂ ਨੂੰ ਉਵੇਂ ਪੜਾਉਣਗੇ ਉਹ ਐਨੀ ਕੁ ਸੁਭਾਵਨਾ ਹੈਗੀ ਆ ਸੋ ਬਾਕੀ ਜਦੋਂ ਉਹ ਪੱਕੇ ਹੋਣਗੇ ਜੁਆਇਨ ਕਰਨਗੇ ਉਦੋਂ ਡਿਪਾਰਟਮੈਂਟ ਉਹਨਾਂ ਦੇ ਸਵਰਨ ਦੇ ਵਿੱਚ ਛੋਟਾ ਜਿਹਾ ਨੋਟੀਫਿਕੇਸ਼ਨ ਕਰੂਗਾ ਹਦਾਇਤਾਂ ਜਾਰੀ ਕਰੂਗਾ ਉਹ ਉਦੋਂ ਕਲੀਅਰ ਹੋਊਗਾ ਐਂਟੀਟੀ ਦੀ ਸਪੈਸ਼ਲ ਜਿਹੜੀ ਹੈਗੀ ਆ ਗੱਲ ਉਹ ਉਹਨਾਂ ਤੇ ਨਿਰਭਰ ਹੈ ਜਿਹੜੇ ਸੈਕੰਡ ਬੈਚ ਦੇ ਵਿੱਚ ਪੱਕੇ ਹੋਣਗੇ ਜਿਹਦੇ ਵਿੱਚ STRS IAS AI ਵਾਲੇ ਨੇ ਜੇ ਤਾਂ ਉਹਨਾਂ ਨੂੰ ਸਰਕਾਰ ਨੇ ਭਰਤੀ ਕੱਢ ਕੇ ਐਂਟੀਟੀ ਦੀ ਉਹਦੇ ਵਿੱਚ ਇਨਕਲੂਡ ਕੀਤਾ ਉਹਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰੀ ਫਿਰ ਤਾਂ ਦੇਖੋ ਭਰਤੀ ਸਪਸ਼ਟ ਰੂਪ ਵਿੱਚ ਦਿਖੂਗੀ ਵੀ ਆ ਰਹੀ ਹੈ ਜਿਹਦੀ 50% ਬਾਹਰ ਜਿਹੜੇ ਹੈਗੇ ਨੇ ਐਂਟੀਟੀ ਬੇਰਜ਼ਗਾਰ ਉਹਨਾਂ ਨੂੰ ਮਿਲੂਗੀ ਤੇ 50% ਉਹ ਜਿਹੜੇ ਕੱਚੇ ਟੀਚਰ ਮਤਲਬ ਪੰਜਾਬ ਦੇ ਸਕੂਲਾਂ ਦੇ ਵਿੱਚ ਆਲਰੇਡੀ 6000 5000 3500 ਤੇ ਕੰਮ ਕਰ ਰਹੇ ਨੇ ਜੇਕਰ ਸਰਕਾਰ ਦਾ ਸਮਝੌਤਾ ਕੋਈ ਇਸ ਤਰੀਕੇ ਦਾ ਹੋ ਗਿਆ ਜੇਕਰ ਸਰਕਾਰ ਨੇ ਜਿਹੜੇ ਸੈਕੰਡ ਬੈਚ ਦੇ ਪੱਕੇ ਕੀਤੇ ਜਾਣ ਵਾਲੇ ਅਧਿਆਪਕ ਹੋਣਗੇ ਕੱਚੇ ਜਦੋਂ ਉਹਨਾਂ ਨੂੰ ਪੱਕੇ ਕਰੂਗੀ ਜੇਕਰ ਸਰਕਾਰ ਨੇ ਉਹਨਾਂ ਨੂੰ ਸਿੱਧੇ ਹੀ ਪ੍ਰਾਇਮਰੀ ਪੱਧਰ ਤੇ ਪਈ ਪ੍ਰਾਇਮਰੀ ਦੀਆਂ ਕਲਾਸਾਂ 'ਚ ਪੱਕੇ ਕਰ ਦਿੱਤਾ ਤਾਂ ਐਨਟੀਟੀ ਦੀ ਭਰਤੀ ਨਹੀਂ ਆਉਗੀ ਕਿਉਂਕਿ ਉਹ ਫਿਰ ਮਤਲਬ ਪ੍ਰੀ ਪ੍ਰਾਇਮਰੀ ਦੇ ਜਵਾਕਾਂ ਨੂੰ ਪੜਾਉਣ ਵਾਸਤੇ ਉਹ ਆਲਰੇਡੀ ਜਿਹੜੇ ਅਧਿਆਪਕ ਪੱਕੇ ਕਰ ਲਏ ਹੋਣਗੇ ਤਾਂ ਫਿਰ ਨਵੇਂ ਟੀਚਰਾਂ ਦੀ ਲੋੜ ਨਹੀਂ ਪੈਣੀ ਸੋ ਮੈਂ ਮਤਲਬ ਸਪਸ਼ਟ ਰੂਪ ਦੇ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕਰੀ ਆ ਵੀ ਇਹ ਸੈਕੰਡ ਬੈਚ ਚ ਜਿਹੜੇ ਪੱਕੇ ਪੱਕੇ ਹੋਣਗੇ ਅਧਿਆਪਕ ਉਹਨਾਂ ਤੇ ਨਿਰਭਰ ਕਰਦਾ ਵੀ ਸਰਕਾਰ ਉਹਨਾਂ ਨੂੰ ਕਿਸ ਤਰੀਕੇ ਨਾਲ ਪੱਕਾ ਕਰਨ ਜਾ ਰਹੀ ਆ ਜੇ ਐਂਟੀਟੀ ਚ ਸਿੱਧਾ ਪੱਕੇ ਕਰ ਦਿੱਤਾ ਫਿਰ ਭਰਤੀ ਨਹੀਂ ਆਉਂਦੀ ਕਈ ਸਾਲ ਨਹੀਂ ਆਉਂਦੀ ਜੇ ਉਹਨਾਂ ਨੂੰ ਐਂਟੀਟੀ ਦੀ ਪੋਸਟ ਭਰਤੀ ਦੇ ਦੌਰਾਨ ਦੇਣ ਦੀ ਕੋਸ਼ਿਸ਼ ਕੀਤੀ ਐਜੇ ਟੈਸਟ ਲੈ ਕੇ ਤੇ ਮਤਲਬ ਜੂਨੀਅਨਾਂ ਦਾ ਵੀ ਕੰਪਰੋਮਾਈਜ਼ ਇਦਾਂ ਹੀ ਹੋ ਗਿਆ ਤਾਂ ਫਿਰ ਭਰਤੀ ਆਊਗੀ ਸੋ ਏਸੀ ਜੀ ਐਂਟੀਟੀ ਦੇ ਬਾਰੇ ਦੇ ਵਿੱਚ ਮੇਰੀ ਜਿੰਨੀ ਇੱਕ ਮਤਲਬ ਸਮਝ ਇਹ ਗਲਤ ਵੀ ਹੋ ਸਕਦੀ ਹੈ ਤੁਹਾਡੇ ਮੁਤਾਬਕ ਤੁਹਾਡੇ ਮੁਤਾਬਕ ਸਹੀ ਵੀ ਹੋ ਸਕਦੀ ਹੈ ਮੇਰੇ ਜਿਹੜੇ ਦਿਮਾਗ ਦੇ ਵਿੱਚ ਵਿਚਾਰ ਚੱਲ ਰਹੇ ਆ ਐਂਟੀਟੀ ਦੀ ਭਰਤੀ ਨੂੰ ਸੰਬੰਧਤ ਲੈ ਕੇ ਸੋ ਉਹ ਇਹ ਹੈ ਜੀ ਤਾਈਓ ਫਿਲਹਾਲ ਉਹਤੇ ਕੋਈ ਅਪਡੇਟ ਨਹੀਂ ਆ ਰਹੀ ਐਂਟੀਟੀ ਦੇ ਬਾਰੇ ਦੇ ਵਿੱਚ ਸੋ ਜਿਹੜੇ ਪੱਕੇ ਹੋਣ ਜਾ ਰਹੇ ਆ ਅਧਿਆਪਕ ਉਹਨਾਂ ਦਾ 6 ਜਨਵਰੀ ਤੋਂ ਬਾਅਦ ਕਲੀਅਰ ਹੋ ਜਾਊਗਾ ਵੀ ਉਹਨਾਂ ਨੂੰ ਕਿਵੇਂ ਪੱਕੇ ਕਰ ਰਹੇ ਨੇ ਮੇਰੇ ਖਿਆਲ ਚ ਉਹਨਾਂ ਨੂੰ ਪੱਕੇ ਕਰਦੇ ਕਰਦੇ April ਆ ਜੂਗੀ ਇਹ ਇਹ ਲਗਭਗ 99% ਸੌਰ ਹੈ ਵੀ ਪੱਕਾ ਹੀ ਆ ਵੀ April ਦੇ ਵਿੱਚ ਜਾ ਕੇ ਪੱਕਾ ਕਰਨਗੇ ਇਹਨਾਂ ਨੂੰ ਉਦੋਂ ਤੱਕ ਪ੍ਰੋਸੈਸ ਚਲਾਈ ਜਾਣਗੇ ਕਿਸੇ ਤਰੀਕੇ ਦਾ ਪਹਿਲੀ ਗੱਲ ਤਾਂ 6 ਤਰੀਕਾ ਵਾਲਾ ਪੀਰ ਵੀ ਵਧਾਉਣਗੇ ਥੋੜਾ ਜਿਹਾ 15-20 ਦਿਨ ਆ ਕੱਚੇ ਅਧਿਆਪਕ ਆਪ ਹੀ ਵਧਾ ਲੈਣਗੇ ਕੋਈ ਨਾ ਕੋਈ ਪ੍ਰੋਬਲਮ ਖੜੀ ਕਰ ਲੈਣਗੇ ਵੀ ਸਾਨੂੰ ਟਾਈਮ ਦੇਓ ਅਸੀਂ ਅਪਲਾਈ ਕਰਨ ਤੋਂ ਰਹਿ ਗਏ ਇਹ ਆਪ ਹੀ ਆਪਣੇ ਪੈਰਾਂ 'ਚ ਕਹਾੜੇ ਮਾਰ ਲੈਂਦੇ ਨੇ ਸੋ ਇਹ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆਊਗਾ ਇਹ 15-20 ਦਿਨ ਦਾ ਸਮਾਂ ਹੋਰ ਲੈਣਗੇ ਅਪਲਾਈ ਕਰਨ ਦਾ ਕੋਈ ਸਥਿਤੀ ਇਹੋ ਜੀ ਹੋ ਜਾਂਦੀ ਹੈ ਇਹਨਾਂ ਤੋਂ ਤੇ ਫਿਰ ਇਹ ਹੌਲੀ-ਹੌਲੀ ਜੁਆਇਨ ਕਰਾਉਂਦੇ ਕਰਾਉਂਦੇ ਕਾਉਂਸਲਿੰਗ ਹੁੰਦੀ ਕਰਦੀ ਜਿਹੜੇ ਵੀ ਪ੍ਰੋਸੈਸ ਹੋਣਗੇ ਉਹ ਸਰਕਾਰ ਨੂੰ ਪਤਾ ਵੀ ਕੀ ਪ੍ਰੋਸੈਸ ਅਪਣਾਉਣਾ ਹੈ ਅਪ੍ਰੈਲ ਆ ਜਾਊਗੀ ਫਿਰ ਅਪ੍ਰੈਲ ਤੋਂ ਬਾਅਦ ਅਗਲੇ ਪੜਾਅ ਆਲੇ ਚੱਲਣਗੇ ਜੂਨ ਜੁਲਾਈ ਤੱਕ ਮਤਲਬ ਆਹ ਸਾਲ ਲੰਘ ਜਾਊਗਾ 23 ਵਾਲਾ 2023 ਵਾਲਾ ਸਾਲ ਲੰਘ ਜੂਗਾ ਸੈਕੰਡ ਬੈਚ ਦੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਵਿੱਚ ਵਿੱਚ 2024 ਦੀ ਇਲੈਕਸ਼ਨ ਬਿਲੇ ਸੈਕੰਡ ਬੈਚ ਚ ਪੱਕੇ ਹੋਣ ਵਾਲੇ ਅਧਿਆਪਕ ਜਿਹੜੇ GPS A JSTR ਨੇ ਉਹਨਾਂ ਦਾ ਫੈਸਲਾ ਹੋਊਗਾ ਤੇ ਉਹਨਾਂ ਦੇ ਵਿੱਚ ਜੇਕਰ ਸਰਕਾਰ ਨੇ ਕੋਈ ਇਸ ਤਰੀਕਾ ਦੀ ਪਾਲਿਸੀ ਬਣਾਈ ਐ ਐਨਟੀਟੀ ਵਾਲੀ ਤਾਂ ਜਿਹੜੇ ਬਾਹਰ ਫਿਰਦੇ ਐਨਟੀਟੀ ਕਰੀ ਫਿਰਦੇ ਨੇ ਉਹਨਾਂ ਦਾ ਵੀ ਭਲਾ ਹੋ ਸਕਦਾ ਤੇ ਜਿਹੜੇ ਆਲਰੇਡੀ ਵਿੱਚ ਹੈਗੇ ਨੇ ਉਹਨਾਂ ਦਾ ਵੀ ਹੋ ਸਕਦਾ ਜਾਂ ਜਿਹੜੇ STR GIS ਵਾਲੇ ਨੇ ਉਹਨਾਂ ਨੂੰ ਸਿੱਧਾ ਵੀ ਪੱਕਾ ਕਰ ਸਕਦੀ ਹੈ ਸਰਕਾਰ ਸੋ ਇਹ ਸਾਰੀਆਂ ਸਥਿਤੀਆਂ ਦੇ ਆਧਾਰਤ ਹੋਊਗੀ ਐਂਟੀਟੀ 8393 ਇਹ ਆਪਣਾ ਫੋਕਸ ਸੀਗੀ ਅੱਜ ਦੀ ਗੱਲਬਾਤ ਐਂਟੀਟੀ 8393 ਨੂੰ ਲੈ ਕੇ ਸੋ ਆਪਣੀ ਜਿਵੇਂ ਤੁਸੀਂ ਛੋਟੀ ਮੋਟੀ ਤਿਆਰੀ ਕਰ ਸਕਦੇ ਹੋ ਤਿਆਰੀ ਕਰਦੇ ਰਹੋ ਸਰਕਾਰਾਂ ਦਾ ਕੁਝ ਨਹੀਂ ਪਤਾ ਹੁੰਦਾ ਹਨ ਪਰ ਇਹ ਇੰਨਾ ਜਲਦੀ ਆਉਣ ਵਾਲੀ ਭਰਤੀ ਹੁਣ ਹੈ ਨਹੀਂ ਸੈਕੰਡ ਬੈਚ ਤੇ ਪੱਕੇ ਹੋਣ ਜਾ ਰਹੇ ਅਧਿਆਪਕਾਂ ਦੇ ਪੱਕੇ ਹੋਣ ਦੇ ਫੈਸਲੇ ਤੇ ਆਧਾਰਤ ਹੋਊਗੀ ਇਹ ਭਰਤੀ ਬਹੁਤ-ਬਹੁਤ ਧੰਨਵਾਦ